ਵਾਹਿਗੁਰੂ ਜੀ ਫਤਿਹ। ਤੁਸੀਂ ਪ੍ਰੈਸ ਵਾਲੇ ਵੀ ਰੋਜ਼ ਹੀ ਸਾਡੇ ਨਾਲ ਜਾਂਦੇ ਜੇ, ਜਿਸ ਦਿਨ ਦਾ ਚੋਣ ਜਾਬਤਾ ਲੱਗਾ ਵਾ ਦਿਨੋ ਦਿਨ ਕਾਂਗਰਸ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਝਟਕੇ 'ਤੇ ਝਟਕਾ ਲੱਗ ਰਿਹਾ ਵਾ। ਤੁਸੀਂ ਵੇਖਿਆ ਹੀ ਆ ਕਿ ਜਿਹੜੇ ਵੀ ਪਿੰਡ ਜਾਂਦੇ ਹਾਂ, 50 ਪਰਿਵਾਰ 60 ਪਰਿਵਾਰ, ਹਾਂ ਜੇ 50 ਵਾ ਤਾਂ ਉਹਨੂੰ ਅਸੀਂ 50 ਹੀ ਲਿਖਦੇ ਹਾਂ। ਕੋਈ ਇਹ ਨਹੀਂ ਲਿਖਦੇ ਵੀ ਅੱਜ 150 ਪਰਿਵਾਰ ਸ਼ਾਮਿਲ ਹੋ ਗਿਆ ਵਾ। 13 ਦਾ ਮਤਲਬ ਜੇ 13 ਪਰਿਵਾਰ ਸ਼ਾਮਿਲ ਆ ਤਾਂ 13 ਹੀ ਲਿਖ ਰਹੇ ਹਾਂ, ਇਹ ਨਹੀਂ ਲਿਖ ਰਹੇ ਕਿ 130 ਪਰਿਵਾਰ ਆ। ਕੋਈ ਝੂਠਾ ਪੋਸਟ ਕੋਈ ਨਹੀਂ ਪਾ ਰਹੇ ਅਸੀਂ, ਜੋ ਵੀ ਆ ਤੁਹਾਡੇ ਸਾਹਮਣੇ ਪ੍ਰੈਸ ਵਾਲੇ ਵੀ ਰਹਿੰਦੇ ਆ। ਹਾਂ, ਧੜਕਾ ਰਾਜਸਥਾਨੀ ਦੇ ਵੋਟਰਾਂ ਨੂੰ, ਸੂਝਵਾਨ ਵੋਟਰਾਂ ਨੇ ਮਨ ਬਣਾ ਲਿਆ ਵਾ ਕਿ ਇਸ ਵਾਰੀ ਜਿਹੜੇ ਲਗਾਤਾਰ ਸੰਨ 97 ਤੋਂ ਸਰਦਾਰ ਵੀਰ ਸਿੰਘ ਲੋਪੋਗੇ ਸਾਹਿਬ ਹਲਕੇ ਵਿੱਚ ਰਹਿ ਕੇ ਲੋਕਾਂ ਦੇ ਦੁੱਖ ਸੁੱਖ 'ਤੇ ਭਾਈਵਾਲ ਬਣ ਰਹੇ ਆ, ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।